ਨਾ ਲਾਈਫ ਚ ਪਹਿਲੀ ਵਾਰ ਖੁੱਲੇ ਸਮੁੰਦਰ ਚ ਛਾਲ ਮਾਰਨ ਜਾ ਰਹੇ ਹਾਂ ਤੇ ਮੈਨੂੰ ਡਰ ਵੀ ਲੱਗ ਰਿਹਾ ਪਰ ਐਕਸਾਈਟਮੈਂਟ ਵੀ ਆ ਥੱਲੇ ਬਹੁਤ ਕੁਝ ਨਵਾਂ ਦੇਖਣ ਨੂੰ ਮਿਲੂਗਾ ਇੱਕ ਨਵੀਂ ਦੁਨੀਆ ਹੋਊਗੀ ਅੰਡੇਮਾਨ ਦੀ ਜਿਹੜੀ ਸਕੂਬਾ ਡਾਈਵਿੰਗ ਆ ਉਹ ਬਹੁਤ ਜ਼ਿਆਦਾ ਮਸ਼ਹੂਰ ਹੈਗੀ ਕਿਉਂਕਿ ਇੱਥੇ ਕ੍ਰਿਸਟਲ ਕਲੀਅਰ ਪਾਣੀ ਦੇਖਣ ਨੂੰ ਮਿਲਦਾ ਹੁੰਦਾ ਹੈਗਾ ਤੇ ਪੂਰੇ ਆਲ ਓਵਰ ਏਸ਼ੀਆ 'ਚ ਮਸ਼ਹੂਰ ਹੈਗੀ ਇਹ ਸਮੁੰਦਰ ਦਾ ਬਿਲਕੁਲ ਹੇਠਲਾ ਪਾਸਾ ਹੈਗਾ ਅਤੇ ਜਿਹਨੂੰ ਆਪਾਂ ਤਲਾ ਕਹਿ ਦਿੰਦੇ ਹਾਂ ਅਤੇ ਇੱਥੇ ਕੁਛ ਇਹੋ ਜਿਹੀ ਦੁਨੀਆ ਵੱਸਦੀ ਹੈਗੀ ਜਿਵੇਂ ਉੱਪਰਲੇ ਪਾਸੇ ਆਪਣੀ ਦੁਨੀਆ ਨਾ ਸਮੁੰਦਰ ਦੇ ਹੇਠਾਂ ਵੀ ਇੱਕ ਆਪਣੀ ਦੁਨੀਆ ਪਰ ਇਹ ਦੁਨੀਆ ਨੂੰ ਦੇਖਣ ਦਾ ਇੱਕ ਡਰ ਵੀ ਹੈ ਅਤੇ ਇੱਕ ਅਹਿਸਾਸ ਵੀ ਹੈ ਕਿ ਮੈਂ ਇੰਨੀ ਡੰਘਾਈ ਤੱਕ ਜਾ ਸਕਿਆ ਇਹ ਸਾਰੇ ਜੀਵ ਜੰਤੂ ਉੱਪਰ ਆਉਣ 'ਤੇ ਡਰਦੇ ਆ ਅਤੇ ਆਪਾਂ ਇਹਨਾਂ ਕੋਲ ਜਾਣ ਤੋਂ ਲਈ ਦੂਜਾ ਬੰਦਾ ਵੀ ਆ ਰਿਹਾ ਦੇਖੋ ਥੱਲੋਂ ਦੇਖਣਾ ਸ਼ੁਰੂ ਹੋ ਗਿਆ ਅਤੇ ਆਓ ਆ ਗਏ ਵੈਲਕਮ ਵੈਲਕਮ ਔਨ ਅਰਥ ਨਵੇਂ ਵਲੌਗ ਤੁਹਾਡਾ ਇੱਕ ਵਾਰ ਫਿਰ ਸਵਾਗਤ ਹੈ ਅਤੇ ਅਸੀਂ ਘੁੰਮ ਰਹੇ ਹਾਂ ਅੰਡੇਮਾਨ ਆਪਣੀ ਅੰਡੇਮਾਨ ਨਿਕੋਬਾਰ ਦੀ ਇਹ ਸੀਰੀ ਚੱਲ ਰਹੀ ਹੈ ਪਿਛਲਾ ਵਲੌਗ ਆਪਾਂ ਖਤਮ ਕੀਤਾ ਸੀ ਇਸ ਜਗ੍ਹਾ 'ਤੇ ਅਤੇ ਅਸੀਂ ਚੱਲੇ ਅੱਜ ਸਕੂਬਾ ਡਾਈਵਿੰਗ ਦੇ ਲਈ ਸਕੂਬਾ ਡਾਈਵਿੰਗ ਨੂੰ ਮੈਂ ਪੰਜਾਬੀ 'ਚ ਕਹਾਂ ਸਮੁੰਦਰ ਦੇ ਹੇਠਾਂ ਜਾਣਾ ਅਤੇ ਸਮੁੰਦਰ ਦੀ ਹੇਠਾਂ ਦੀ ਦੁਨੀਆ ਦੇਖਣੀ ਇਸ ਚੀਜ਼ ਦੇ ਨਾਲ ਅਲੱਗ ਅਲੱਗ ਸਟੈਪਸ ਹੁੰਦੇ ਆ ਮਤਲਬ ਤੁਸੀਂ ਜੇ ਕੋਈ ਕੋਰਸ ਕੀਤਾ ਹੋਇਆ ਤਾਂ ਜ਼ਿਆਦਾ ਡੀਪ ਜਾ ਸਕਦੇ ਹੋ ਅਤੇ ਜਿਹੜਾ ਅਸੀਂ ਅੱਜ ਜਾਵਾਂਗੇ ਉਹ ਜਾਵਾਂਗੇ 15 ਕੁ ਮੀਟਰ 15 ਤੋਂ 20 ਮੀਟਰ ਮਸਾਂ 30-40 ਫੁੱਟ ਵੱਧ ਤੋਂ ਵੱਧ ਕੋਰਲ ਦੇਖਣੇ ਅਸੀਂ ਜਦੋਂ ਵੀ ਤੁਸੀਂ ਸਕੂਬਾ ਡਾਈਵਿੰਗ ਕਰਨੀ ਹੋਵੇ ਤਾਂ ਉੱਥੇ ਕਰਿਓ ਹਮੇਸ਼ਾ ਜਿੱਥੇ ਵਧੀਆ ਕੋਰਲ ਹੋਣ ਵਧੀਆ ਵਿਜੀਬਿਲਿਟੀ ਹੋਵੇ ਸੋ ਕੈਮਰਾ ਨਾ ਅੱਜ ਦਾ ਵਲੌਗ ਨਾਲ ਅਸੀਂ ਵੀ ਸਾਡੇ ਲਈ ਵੀ ਫਸਟ ਟਾਈਮ ਦਾ ਐਕਸਪੀਰੀਅੰਸ ਹੈ ਅਤੇ ਤੁਹਾਡੇ ਲਈ ਵੀ ਹੋਊਗਾ ਅਤੇ ਤੁਸੀਂ ਵੀ ਇੰਜੋਏ ਕਰਿਓ ਅਤੇ ਹੁਣ ਅਸੀਂ ਇਹ ਬੋਟ 'ਤੇ ਚੱਲੇ ਹਾਂ ਸਮੁੰਦਰ ਦੇ ਵਿਚਾਲੇ ਲੈ ਕੇ ਜਾਣਗੇ ਫਿਰ ਆਪਾਂ ਨੂੰ ਸਿੱਟਣਗੇ ਆਪਣੇ ਟੀਮ ਮੈਂਬਰਸ ਕੌਣ ਕੌਣ ਹੋਣਗੇ ਤੁਹਾਨੂੰ ਉਹਨਾਂ ਨਾਲ ਵੀ ਮਿਲਾਉਣਾ ਮੈਂ ਸਾਡੇ ਨਾਲ ਕੁਛ ਹੋਰ ਮੈਂਬਰਸ ਦੀ ਡਾਈਵਿੰਗ ਹੈ ਅਤੇ ਇਹਨਾਂ ਨੇ ਵੀ ਜਾਣਾ ਅਤੇ ਉਹਨਾਂ ਨੂੰ ਤੁਸੀਂ ਪਿਛਲੇ ਵਲੌਗ 'ਚ ਦੇਖਿਆ ਹੋਣਾ ਗੁੱਡੂ ਅਤੇ ਉਹ ਅਨੀਤਾ ਸੀਗੇ ਆਪਣੇ ਟ੍ਰੇਨਰ ਉਹ ਵੀ ਆਪਣੇ ਨਾਲ ਜਾ ਰਹੇ ਨੇ ਇਹ ਲਾਈਫ ਜੈਕਟ ਪਹਿਣ ਜਾ ਰਹੀ ਹੈ ਅਤੇ ਆਪਕਾ ਨਾਮ ਰਾਣਾ 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 ਪ੍ਰਤਾਪ ਸਿੰਘ ਥੈਂਕ ਯੂ ਵੈਲਕਮ ਟੂ ਦ ਬੋਟ ਈਗਲ ਰੇ ਐਂਡ ਆਈ ਮੀਟ ਇੰਟਰੋਡਿਊਸ ਦ ਕਰੂ ਆਵਰ ਕੈਪਟਨ ਇਸ ਗੇਲ ਹੀ ਇਸ ਗੋਇੰਗ ਟੂ run the boat and then comes the boat crew this is Rana he is also a rescue diver and myself Anita I am a dive instructor I will be with one of you guys and then comes camera woman she is going to click the pictures for you and Nicholas is a dive master he will be joining with you and then Anand is also a dive master this is the team going inside the water and we are going to the dive site called tribe gate very beautiful dive site you can see lot of fishes over there sometimes people ask for water like turtle octopus and all but it is and all dinosaur luck. dinosaur ਇਹ ਦੱਸ ਰਹੇ ਵੀ ਘਬਰਾਉਣ ਦੀ ਲੋੜ ਨਹੀਂ ਤੁਹਾਨੂੰ ਪੰਜਾਬੀ 'ਚ ਦੱਸਦਾ ਇੱਕ ਵਾਰ ਫਿਰ ਮੈਂ ਆਪਣੇ ਵੀਵਰਸ ਨੂੰ ਬਿਕੋਜ਼ ਸਾਰਿਆਂ ਨੂੰ ਜ਼ਰੂਰੀ ਨਹੀਂ ਅੰਗਰੇਜ਼ੀ ਆਉਂਦੀ ਵੀ ਉਹ ਮੈਮ ਆਪਣੇ ਕੈਮਰਾਮੈਨ ਨੇ ਨਾਲ ਜਾਣਗੇ ਇਹ ਆਪਣੇ ਇੰਸਟ੍ਰਕਟਰ ਨੇ ਅਤੇ ਉਹ ਉਧਰਲੇ ਪਾਸੇ ਉਹ ਰੈਸਕਿਊ ਲਈ ਨੇ ਜੇ ਕੁਛ ਹੁੰਦਾ ਤਾਂ ਰੈਸਕਿਊ ਉਹਨਾਂ ਨੇ ਕਰਨਾ ਥੱਲੋਂ ਉਹ ਆਪਣੇ ਕੈਪਟਨ ਨੇ ਰੈਸਕਿਊ ਡਾਈਵਰ ਥੱਲੋਂ ਕੱਢ ਕੇ ਲਿਆਉਣਗੇ ਅਤੇ ਇਹਨਾਂ ਨੇ ਸਾਡੇ ਨਾਲ 3 ਜਣੇ ਡਾਈਵ ਹੋਰ ਹੈ ਅਤੇ ਇਹਨਾਂ ਨੇ ਵੀ ਜਾਣਾ ਅਤੇ ਇਹ ਵੀ ਡਾਈਵਰ ਨੇ ਅਤੇ ਇੱਧਰ ਕਪਤਾਨ ਸਾਹਿਬ ਆਪਣੇ ਲੈਟਸ ਗੋ ਅਤੇ ਬਾਏ ਬਾਏ ਅੰਡੇਮਾਨ ਵੈਸੇ ਅੰਡੇਮਾਨ ਦੀ ਬੀਚ ਹੀ ਹੈ ਇਹ ਅਤੇ ਅੰਡੇਮਾਨ ਦੇ ਸਮੁੰਦਰ 'ਚ ਅਸੀਂ ਜਾਵਾਂਗੇ ਅਤੇ ਹੁਣ ਜਾ ਰਹੇ ਹਾਂ ਸਾਡੀ ਕਿਸ਼ਤੀ ਇੱਥੋਂ ਚੱਲ ਪਈ ਹੈਗੀ ਪਤਾ ਨਹੀਂ ਹੁਣ ਕਿੰਨੀ ਕੁ ਦੂਰ ਲੈ ਕੇ ਜਾਣਾ ਸਮੁੰਦਰ ਤੋਂ ਮੈਂ ਤੁਹਾਨੂੰ ਦਿਖਾ ਦੂੰਗਾ ਬੀਚ ਉੱਥੋਂ ਕਿੰਨੀ ਕੁ ਦੂਰ ਦਿਖੂਗੀ ਜਾਂ ਕਿੰਨਾ ਡੀਪ ਹੋਊਗਾ ਕੈਮਰੇ ਵਗੈਰਾ ਸਾਫ ਕੀਤੇ ਜਾ ਰਹੇ ਆ ਕਿਉਂਕਿ ਜਿੰਨੀ ਵੀ ਫੁਟੇਜ ਹੈ ਤੁਹਾਡੇ ਮੈਨੂੰ ਐਸੇ ਸਾਰਿਆਂ ਦਾ ਸਵਾਲ ਹੋਊ ਜਿਹੜੀ ਤੁਸੀਂ ਵੀਡੀਓ ਦੇਖੋਗੇ ਉਹ ਇਹ ਸਾਨੂੰ ਬਣਾ ਕੇ ਦੇਣਗੇ ਇਹਨਾਂ ਨੇ ਕਰਕੇ ਦੇਣੀ ਹੈ ਸਾਰੀ ਕਿਉਂਕਿ ਸਾਡੇ ਨਾਲ ਇੱਕ ਸਪੈਸ਼ਲ ਕੈਮਰਾਮੈਨ ਜਾ ਰਿਹਾ ਅਤੇ ਇਸ ਕਰਕੇ ਬਾਕੀ ਜੇ ਕੋਈ ਹੋਰ ਕਿਸੇ ਦਾ ਸਵਾਲ ਜਵਾਬ ਹੋਵੇ ਇਹਦੇ ਪ੍ਰਤੀ ਤਾਂ ਕਮੈਂਟ ਕਰ ਦਿਓ ਅਤੇ ਮੈਂ ਰਿਪਲਾਈ ਕਰਨ ਦੀ ਕੋਸ਼ਿਸ਼ ਕਰੂੰਗਾ ਵੈਸੇ ਪਿਛਲੇ ਵਲੌਗ 'ਚ ਮੈਂ ਸਾਰਾ ਕੁਛ ਡਾਈਵਿੰਗ ਬਾਰੇ ਦੱਸਿਆ ਸੀ ਕੌਣ ਕਰ ਸਕਦਾ ਕੌਣ ਨਹੀਂ ਕਰ ਸਕਦਾ ਕਿੰਨੇ ਪੈਸੇ ਲੱਗਦੇ ਆ ਏ ਟੂ ਜੈੱਡ ਡਿਸਕ੍ਰਾਈਬ ਕੀਤਾ ਸੀਗਾ ਲਾਸਟ ਵਲੌਗ 'ਚ ਪਾਣੀ ਦੇਖੋ ਇੱਥੇ ਆ ਕੇ ਯਾਰ ਕਿੰਨਾ ਸਾਫ਼ ਹੋ ਗਿਆ ਸਮੁੰਦਰ 'ਚ ਜਿੱਥੇ ਅਸੀਂ ਲਾਸਟ ਵਲੌਗ 'ਚ ਟ੍ਰੇਨਿੰਗ ਕੀਤੀ ਸੀ ਨਾ ਉੱਥੇ ਵੀ ਅਜੇ ਗੰਧਲਾ ਸੀ ਇੱਥੇ ਤਾਂ ਬਿਲਕੁਲ ਨੀਲਾ ਪਾਣੀ ਹੈਗਾ ਆਹ ਬੋਟ ਉੱਧਰੋਂ ਵਾਪਸ ਆਈ ਹੈ ਸ਼ਾਇਦ ਇਹ ਡਾਈਵ ਕੰਪਲੀਟ ਕਰਕੇ ਆ ਗਏ ਅਤੇ ਅਸੀਂ ਅਜੇ ਜਾ ਰਹੇ ਹਾਂ ਖੁਸ਼ੀ ਡਰ ਲੱਗ ਰਿਹਾ ਕਿ ਐਕਸਾਈਟਡ ਹੈ ਖੁਸ਼ੀ ਕਹਿੰਦੀ ਡਰ ਜਮੀ ਲੱਗਦਾ ਬਟ ਸਾਨੂੰ ਇੱਕੋ ਹੀ ਮੇਨ ਜਿਹੜਾ ਹੈਗਾ ਕੰਨ 'ਚ ਪੇਨ ਨਾ ਹੋਵੇ ਸਭ ਤੋਂ ਵੱਧ ਜਿਹੜੇ ਜੇ ਕੋਈ ਪ੍ਰੋਬਲਮ ਫੇਸ ਕਰਦਾ ਤਾਂ ਕੰਨ 'ਚ ਪੇਨ ਹੋਣਾ ਸ਼ੁਰੂ ਹੋ ਜਾਂਦਾ ਦਰਦ ਹੁੰਦਾ ਹੈਗਾ ਕਿਉਂਕਿ ਪ੍ਰੈਸ਼ਰ ਵੱਧ ਜਾਂਦਾ ਥੱਲੇ ਜਾ ਕੇ ਲਓ ਵੀ ਪਹੁੰਚ ਗਏ ਅਸੀਂ ਅਤੇ ਉਹ ਸਾਹਮਣੇ ਵਾਲੇ ਪਾਸੇ ਇੱਕ ਬੋਟ ਹੋਰ ਲੱਗੀ ਹੋਈ ਹੈ ਇੱਕ ਇੱਧਰ ਵੀ ਬੋਟ ਲੱਗੀ ਹੋਈ ਹੈ
ਤੇ ਸਾਰੀਆਂ ਬੋਰਡਸ ਲੱਗੀਆਂ ਹੋਈਆਂ ਤੇ ਇੱਥੋਂ ਧੱਕਾ ਦੇਣਾ ਜ਼ਿੰਦਗੀ ਨਾ ਮਿਲੇਗਾ ਦੁਬਾਰਾ ਫਿਲਮ 'ਚ ਦੇਖਣਾ ਸੌਖਾ ਹੁੰਦਾ ਪਰ ਓਰਿਜਿਨਲ 'ਚ ਜਦੋਂ ਤੁਸੀਂ ਇਹਨੂੰ ਫੇਸ ਕਰਨਾ ਹੋਵੇ ਉਦੋਂ ਤੁਹਾਨੂੰ ਬਹੁਤ ਔਖਾ ਲੱਗਦਾ ਤੇ ਨਾਲ ਆ ਪੈਰ ਵੀ ਲਾਉਣੇ ਆ ਅਸੀਂ ਆ ਪੈਰ ਪਿਛਲੇ ਵਲੌਗ 'ਚ ਤੁਹਾਨੂੰ ਉਦੋਂ ਦਿਖਾਏ ਨਹੀਂ ਸੀਗੇ ਤੇ ਇਹ ਦੇਖੋ ਉਹ ਸਾਹਮਣੇ ਜਿਹੜੀ ਬੋਟ ਲੱਗੀ ਹੈ ਨਾ ਉੱਥੇ ਡਾਈਵਿੰਗ ਦੇ ਲਈ ਥੱਲੇ ਗਏ ਹੋਏ ਆ ਕੁਛ ਬੰਦੇ ਤੇ ਸਾਡੇ ਬੰਦਿਆਂ ਨੇ ਜਿਹੜੇ ਇੰਸਟ੍ਰਕਚਰ ਨੇ ਸਾਡੇ ਉਹਨਾਂ ਨੇ ਪਹਿਨ ਲਏ ਲਓ ਬਈ ਸਾਡੇ ਟ੍ਰੇਨਰ ਤਾਂ ਕੁੱਦ ਗਏ ਪਹਿਲੀ ਇਹਨਾਂ ਦਾ ਮਾਰੀ ਛਾਲ ਆਹ ਦੇਖੋ ਕਿੰਨਾ ਕਿੰਨਾ ਯਾਰ ਕ੍ਰਿਸਟਲ ਕਲੀਅਰ ਪਾਣੀ ਹੈ ਉਹ ਲਓ ਸਮਾਨ ਸਿੱਟਿਆ ਜਾ ਰਿਹਾ ਅਸੀਂ ਅਸੀਂ ਡਿੱਗਾਂਗੇ ਇਹ ਹਮਾਰੇ ਲਈ ਕੌਣ ਸਾ ਪਏ ਨੀ ਨੀਚੇ ਲੋ ਸਾਰਾ ਫਾਈਨਲ ਚੈੱਕਅਪ ਹੋ ਰਿਹਾ ਫਾਈਨਲ ਟਾਈਮ ਤੇ ਸਿਲੰਡਰ ਸਿਲੰਡਰ ਗੈਸ ਗੂਸ ਇਹ ਥੱਲੇ ਜਾ ਕੇ ਪਾਉਣੇ ਪੈਂਦੇ ਆ ਜਿਹੜੇ ਇਹ ਚੀਜ਼ ਆ ਨਾ ਇੱਥੇ ਨਹੀਂ ਪਾ ਸਕਦੇ ਇਹਨੂੰ ਕਿਉਂਕਿ ਇਹ 'ਚ ਵੇਟ ਬਹੁਤ ਹੁੰਦਾ 25-26 ਕਿਲੋ ਭਾਰ ਹੈ ਇਹ 'ਚ ਸਿਲੰਡਰ ਦੇ ਸਮੇਤ ਸਾਰਾ ਤੇ ਜਿਹੜਾ ਇਹਨੇ ਥੱਲੇ ਸਿੱਟ ਕੇ ਪਾਇਆ ਜਾਂਦਾ ਹੈਗਾ ਇਹ ਦੇਖੋ ਅਸੀਂ ਛਾਲ ਮਾਰ ਦਿੰਦਾ ਯਾਰ ਜਮੀਂ ਡਰਦੇ ਹੈਗੇ ਵੈਸੇ ਤਾਂ ਹੁਣ ਅਸੀਂ ਵੀ ਥੱਲੇ ਹੀ ਜਾਣਾ ਹੁਣ ਡਰਨਾ ਕੀ ਹੈ ਉਹ ਉੱਤਰ ਗਿਆ ਲੈ ਆਰਾਮ ਨਾਲ ਜਿਵੇਂ ਮਾੜਾ ਮੋਟਾ ਊਈ ਕੰਧ ਤੋਂ ਨਹੀਂ ਥੱਲੇ ਛਾਲ ਮਾਰ ਦਿੰਦੇ ਐਂ ਉੱਤਰ ਜਾਂਦੇ ਅਸੀਂ ਇੰਨੀ ਦੂਰ ਆ ਹੁਣ ਬੀਚ ਤੋਂ ਉਹ ਸਾਹਮਣੇ ਵਾਲੇ ਪਾਸੇ ਬੀਚ ਰਹਿ ਗਈ ਕਿਤਨਾ ਡੀਪ ਹੋਗਾ ਕਿਤਨਾ 12 ਮੀਟਰ ਓਕੇ 12 ਮੀਟਰ ਤੁਸੀਂ ਕੈਲਕੂਲੇਟ ਕਰ ਲਿਓ ਤਿੰਨ ਨਾਲ 36-40 ਫੁੱਟ ਡੂੰਘਾਈ ਇੱਥੇ ਸਮੁੰਦਰ ਦੀ 40 ਫੁੱਟ ਡੂੰਘਾ ਹੈਗਾ ਜਿੱਥੇ ਹੁਣ ਅਸੀਂ ਜਾਵਾਂਗੇ ਪਹਿਲਾਂ ਸਾਡੇ ਸਾਥੀਆਂ ਦੀ ਵਾਰੀ ਹੈ ਆਲ ਦੀ ਬੈਸਟ ਯਾ ਥੈਂਕ ਯੂ ਆਲ ਦੀ ਬੈਸਟ ਐਸੇ ਨਹੀਂ ਕਰਨਾ ਭੂਲ ਕੇ ਵੀ ਐਸੇ ਮਤ ਕਰ ਦੇਣਾ ਐਸੇ ਕਰਨਾ ਹੈ ਉੱਪਰ ਆ ਜਾਏਂਗੇ ਹਮ ਉੱਪਰ ਲੈ ਆਏਂਗੇ ਸਰ ਰਾਣਾ ਰੁਕ ਜਾਓ ਰੁਕ ਜਾਓ ਰੁਕ ਜਾਓ ਜਸਟ ਵਾਚ ਯੂ ਦਿਸ ਸਾਈਡ ਓਕੇ ਹਾਊ ਟੂ ਐਂਟਰ ਯੂਰ ਵਾਟਰ ਹਾਂ ਨਾਓ ਜਸਟ ਫੁੱਲ ਸੀਟ ਅਪ ਨਾਓ ਜਸਟ ਸਿਟ ਯੂਰ ਦੇਅਰ ਸਿਟ ਯੂਰ ਮਾ Now just regulator on. You have to continue breathe. You have to right your palm. Just touch your regulator. And fingers, hold your mask. Okay? And left hand, just hold your stomach. Now just feel your the jacket. And 3 count and turn your back side. 1, 2, and 3. Okay? Gaya. Gaya, bhai, gaya. ਵੈਸੇ ਨਾ ਜਿਹੜੀ ਡਾਈਵਿੰਗ ਆ ਕਈ ਥਾਵੇਂ ਹੁੰਦੀ ਆ ਜਿਵੇਂ ਆਪਣੇ ਗੋਆ ਵੀ ਕਰਾਈ ਜਾਂਦੇ ਆ ਜਾਂ ਹੋਰ ਅਤੇ ਜਿਹੜੀ ਅੰਡੇਮਾਨ ਦੀ ਆ ਉਹ ਮਤਲਬ ਪੂਰੀ ਜ਼ਿਆਦਾ ਮਸ਼ਹੂਰ ਆ ਯਾਰ ਜਦੋਂ ਤੁਸੀਂ ਕਿਤੇ ਇੱਥੇ ਆਉਂਗੇ ਨਾ ਇਹ ਚੀਜ਼ ਦਾ ਇਹ ਮੌਕਾ ਮਿਸ ਨਾ ਕਰਕੇ ਜਾਇਓ ਅਤੇ ਜ਼ਰੂਰ ਕਰਕੇ ਜਾਇਓ ਕਿਉਂਕਿ ਇੱਥੇ ਦਾ ਜਿਹੜਾ ਵਾਟਰ ਹੈ ਨਾ ਮਤਲਬ ਇਹਦੇ ਕਰਕੇ ਮਸ਼ਹੂਰ ਹੈ ਇੱਥੋਂ ਦੇ ਸਮੁੰਦਰੀ ਪਾਣੀ ਕਰਕੇ ਕਿਉਂਕਿ ਇੰਨਾ ਸਾਫ਼ ਅਤੇ ਕੋਰਲ ਇੱਥੋਂ ਦਾ ਇੰਨਾ ਵਧੀਆ ਦਿਖਦਾ ਤੁਹਾਨੂੰ ਅੱਗੇ ਵਲੌਗ 'ਚ ਦੇਖਣ ਨੂੰ ਮਿਲ ਜੂਗਾ ਬਾਈ ਹੁਰੀ ਜਾ ਰਹੇ ਨੇ ਅਤੇ ਲੈ ਵੀ ਸਟਾਰਟ ਹੈ ਇਹਨਾਂ ਦੀ ਰਾਈਡ ਦਾ ਕਿਆ ਅਸੀਂ ਅਸੀਂ ਜਾਣਾਗਾ ਅੱਛਾ ਤੇ ਤੁਹਾਨੂੰ ਇੱਕ ਗੱਲ ਹੋਰ ਦੱਸਦਾ ਇੱਥੇ ਆ ਕੇ ਬੰਦਾ ਐ ਨਾ ਸਮਝ ਲਓ ਵੀ ਥੱਲੇ ਡੇਗ ਕੇ ਡੁੱਬ ਜਾਂਦਾ ਕਿਸ਼ਤੀ 'ਚੋਂ ਡੁੱਬਦਾ ਨਹੀਂ ਹੈਗਾ ਇੱਥੇ ਖੜਾ ਰਹਿੰਦਾ ਆਹ ਦੇਖੋ ਜੈਕਟ ਪਾਈ ਹੋਈ ਹੈ ਨਾ ਆਰਾਮ ਨਾਲ ਇੱਥੇ ਤੈਰਦਾ ਰਹਿੰਦਾ ਬੰਦਾ ਲਾਈਫ ਜੈਕਟ ਪਵਾ ਕੇ ਤਾਂਹੀਓ ਇਹ ਥੱਲੇ ਸਿੱਟਦੇ ਹੈਗੇ ਖੁਸ਼ੀ ਕਹਿੰਦੀ ਮੱਚੀ ਆਉਂਦੀਆਂ ਫਿਰਦੀਆਂ ਆਪਣੇ ਡੁਬੋ ਦੇਣਗੇ ਮੈਂ ਨਾ ਸਾਡੇ ਕਪਤਾਨ ਸਾਹਿਬ ਨੂੰ ਪੁੱਛਿਆ ਜਿਵੇਂ ਉਹ ਵੀ ਪਹਿਲਾਂ ਚਲੇ ਗਏ ਉਹ ਕੁੜੀ ਨੂੰ ਲੇਟ ਲੈ ਕੇ ਗਏ ਹੈ ਨਾ ਵੀ ਥੱਲੇ ਉਹ ਇਕੱਠੇ ਹੋ ਜਾਣਗੇ ਜਾ ਕੇ ਇਹ ਕਹਿੰਦੇ ਸਮੁੰਦਰ 'ਚ ਥੱਲੇ ਜਦੋਂ 1 ਮੀਟਰ ਥੱਲੇ ਵਾ ਕੇ ਤੁਸੀਂ 1 ਮੀਟਰ ਥੱਲੇ ਹੀ ਸਾਰਾ ਕੁਛ ਦਿਖਦਾ ਦੂਰ ਤੱਕ ਅਤੇ ਮਤਲਬ ਤੁਸੀਂ ਆਰਾਮ ਨਾਲ ਦੇਖ ਸਕਦੇ ਹੋ ਅਤੇ ਜੇ ਇੱਕ ਬੰਦੇ ਨੂੰ ਕੋਈ ਪ੍ਰੋਬਲਮ ਆ ਜੇ ਇੱਕਦਮ ਇਹ ਉੱਪਰ ਨਹੀਂ ਲਿਆਉਂਦੇ ਕਿਉਂਕਿ ਜਿਹੜੇ ਹਿਸਾਬ ਨਾਲ ਪ੍ਰੈਸ਼ਰ ਬੰਦੇ 'ਤੇ ਆਉਂਦਾ ਹੈਗਾ ਉਹ ਹਿਸਾਬ ਨਾਲ ਪ੍ਰੈਸ਼ਰ ਰਿਲੀਜ਼ ਵੀ ਕਰਦੇ ਬਾਹਰ ਲਿਆਉਣ ਲੱਗੇ ਵੀ ਹੌਲੀ ਹੌਲੀ ਲਿਆਉਂਦੇ ਆ ਅਤੇ ਮਤਲਬ 1-2 ਮਿੰਟ 'ਚ ਲਿਆਉਂਦਾ ਐਂ ਨਹੀਂ ਵੀ ਸਕਿੰਟਾਂ 'ਚ ਤੁਸੀਂ ਬਾਹਰ ਆ ਜਾਓਗੇ ਅਤੇ ਸਾਡਾ ਇੱਕ ਬੰਦਾ ਉਹ ਫਿਰਦਾ ਉਹ ਵੀ ਬਾਈ ਸਾਡੇ ਨਾਲ ਆਇਆ ਸੀਗਾ ਅਤੇ ਇੱਕ ਉੱਧਰ ਬਾਕੀ ਅਜੇ ਥੱਲੇ ਆ ਮੈਨੂੰ ਦਿਖ ਨਹੀਂ ਰਹੇ ਹੁਣ ਤਾਂ ਮੱਛੀ ਵਾਂਗੂ ਗਾਇਬ ਹੋ ਗਏ ਸਾਰੇ ਇਹ ਕਹਿੰਦੇ ਐਂ ਨਹੀਂ ਪਤਾ ਲੱਗਦਾ ਵੀ ਬੰਦਾ ਕਿਤੇ ਜਿੱਥੇ ਉਹ ਬੁਲਬਲੇ ਜੀ ਨਹੀਂ ਨਿਕਲ ਰਹੇ ਥੋੜ੍ਹੇ ਥੋੜ੍ਹੇ ਹਾਂ ਉੱਥੇ ਉੱਥੇ ਕਹਿੰਦੇ ਬੰਦੇ ਹੈ ਇਹ ਬਬਲਸ ਤੋਂ ਸਾਨੂੰ ਪਤਾ ਲੱਗ ਜਾਂਦਾ ਵੀ ਉਹ ਉੱਥੇ ਬੰਦਾ ਤੁਰਿਆ ਫਿਰਦਾ ਮਤਲਬ ਜਦੋਂ ਥੱਲੋ ਸਾਹ ਛੱਡਦਾ ਨਾ ਬੰਦਾ ਉੱਪਰ ਬੁਲਬਲੇ ਆਉਂਦੇ ਆ ਸਾਰੇ ਅੱਛਾ ਜੀ ਜੈਸੇ ਵੇਵ ਚੱਲ ਰਹੀ ਉੱਪਰ ਹਵਾ ਤੇਜ਼ ਚੱਲਦੀ ਹੈ
तो ये हम अगर ऊपर रहेंगे स्विमिंग करेंगे तो इधर उधर चले जाएंगे। नीचे भी क्या ऐसे होगा? नीचे भी वैसे होगा, बट आपको जो है आपके डाइवर जो है ये हैंडल करेगा नीचे। हाँ वो तो करेगा। हाँ। मीन आम मैं नॉर्मल इंसान के साथ पूछ रहा हूँ, अगर जाता है डाइवर जाता है मान लो एडवांस लेवल पे जब जाता है तो वो भी इधर उधर चला जाता है डाइवर नीचे? हाँ, बहुत ज्यादा वेव्स रहेगा तो आप भी चला जाओगे। अच्छा इधर उधर चले जाएंगे तो समुद्र में तो फिर कहीं भी जा सकता है बंदा दूर की दूर है। जब वेव्स आते हैं बहुत ज्यादा पानी नीचे लो टाइट होता है तो हम भी कुछ चला जाता है लो टाइट के साथ साथ। अच्छा आप भी चले जाते हो। लो टाइड होता है हाई टाइड होता है समुद्र का, एक जगह तो दूजी जगह शिफ्ट होना ऐसे होता है ना जब समुद्र शिफ्ट होता है ते समुंदर च आके सानू इत्थे रह के आईलैंड दे पता लगे समुंदर शिफ्ट होंदा रहिंदा है जिवें अज पानी इत्थे वधदा हैगा ते कल नूं ओह उत्थे वध जूगा ते परसों ओह उत्थे वध जूगा ते ओहदे नाल इह कहिंदे बंदा वी बंदा है शिफ्ट हो जांदा है। खुशी मतलब पैनिक नहीं होना जिवें ओह कुड़ी नूं देख लिया उन्होंने बाहर कढ लिया दुबारे हुणे गई सी। हां हुणे गई सी जदों बंदे नूं कोई तकलीफ होवे उपर ले आउंदे आ ठीक है। केड़े नहीं लवाने बस तू पैनिक नहीं होना इन्ना ध्यान रखी ठीक है। बारी बारी आपे उपर ले आउण गल तुहानूं इत्थे होर अपडेट करदा जिहड़ी स्कूबा डाइविंग हुंदी आ ओह कई तरह दी हुंदी आ। इक तां हुंदी आ शॉर्ट टाइप दी हुंदी आ शॉर्ट जिहड़ी शॉर्ट टाइप दी मतलब ओहदे च तुहानूं जिवें बीच तों जिवें आपां पिछले व्लॉग च आपां ट्रेनिंग कीती सी ना ट्रेनिंग तों ही तुरदे तुरदे गांह लै जांदे आ ते जिथे आके समुंदर डूंगा हो जांदा हौली हौली मतलब उत्थे तक लै जांदे आ। इक जिहड़ी असीं कर रहे आ बोट डाइविंग मतलब बोट वाली इह थोड़ी एक्सपेंसिव हुंदी आ छे सत हजार रुपया चार्ज करते बोट ते ले जा के मतलब एदे च भी गाहां तीन चीजां हैगियां एक तां उपरों लेके जाना ते एक हो गया हाई एडवांस लैवल हो गया जिहड़ा जमा जिथों कॉरल दिखदा जमा मच्छी आउंदी उत्थे तक लेके जाने मतलब जिन्ना अंड पाओगे गुड़ पाओगे ना मिठू पंजाबी च कहावत है ना जिन्ने क पैसे दोगे ते उन्नी के तुहानूं करा देंगे। ये लै भाई साडे नाल दा पहला बंदा बाहर आ गया कैसा रहा एक्सपीरियंस भाई? आसम मछली कितने मच्छी 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 200% मच्छी देगी कितने झुंड है पूरी झूठ बोल रहे हो सच्ची दिखी यार अच्छा यार देखते हैं। फाइनली दूजा बंदा भी आ रहा है देखो थलो दिखना शुरू हो गया ते आओ आगे वेलकम ऑन अर्थ। ए भाई हुणी आ गए थलो देखो जी कहंदी ओ नाल इक होर कुड़ी सी ओनू पुछ रहे है वी जे तुहाडा अच्छा रहा मेरा भी अच्छा रहू। ए वी डरदी है वैसे दसदी नहीं हैगी पर डरदी बहुत आ। ते इधर सिलेंडर चेक हो रहे है साडे वाले वास्ते हुण तो वी खुशी दा तैयारी है सिलेंडर कसे जा रहे है खुशी दे ते साडी टर्म आ गई थोनू भी इंतजार होना हुण दा किन्ने क लल्लर लावांगे। हां तैयार पर तैयार है अपना भी कम पहन लिया सारा कुछ एक मिनट छेती जान वाले सी मुंह छेतों ही पै गए सी मेरे। कोई बात नहीं यार खुशी नू बाली काली हुई पी है चलो भी बैठो सच्ची ये बहुत हार्ड सी मेरे लिए क्योंकि मैं इको दम जदों पानी च गई तो मैं बहुत डर गई सी क्योंकि मैनू कुछ पता ही नहीं लग रहा सी समझ नहीं आ रहा सी फिर मेरी डाइवर ने मैनू समझाया कि पैनिक नहीं होना इदा हुंदा हुंदा। मैं ना लाइफ च पहली बार खुले समुंदर च छाल मारन जा रहे थे मैनू डर भी लग रहा पर एक्साइटमेंट भी है थले बहुत कुछ नवा देखने नू मिलूगा एक नवी दुनिया होगी। लेट्स गो खुशी ने भावे मेनू ना पहला दस के भेजा सीगा के डरना नहीं हैगा पर फिर भी जिवें खुशी नूं डर लग्या बिल्कुल उवें मैनूं भी बहुत डर लग्या जदों मैं खुले पानी च गया ते भावें मैनूं पता सीगा कि मेरे आले दुआले तीन जणे हैगे ने इंस्ट्रक्टर हैगे ने एक साडी रेस्क्यू लई बंदा सीगा कि जिहड़ा किते भी सानूं कुछ भी हुंदा उहने थल्लों कढ लिआउणा सीगा पर पता नहीं क्यों एक अजीब किस्म दा डर लग रिहा सी हैना
ਤੇ ਜਦੋਂ ਵੀ ਮੈਂ ਪਾਣੀ ਚ ਗਿਆ ਤੇ ਮੈਂ ਵੀ ਘਬਰਾ ਗਿਆ ਮੇਰੇ ਤੋਂ ਪਹਿਲਾਂ ਖੁਸ਼ੀ ਵੀ ਘਬਰਾਈ ਹੋਈ ਸੀ ਸ਼ਾਇਦ ਅਸੀਂ ਦੋਵੇਂ ਜਾਣੇ ਕਦੇ ਪਾਣੀ ਚ ਨਹੀਂ ਗਏ ਸੀ ਫਿਰ ਜਿਹੜਾ ਮੇਰਾ ਡਾਈਵਰ ਸੀਗਾ ਉਹਨੇ ਮੈਨੂੰ ਥੋੜਾ ਰਿਲੈਕਸ ਹੋਣ ਲਈ ਕਿਹਾ ਇੱਕ ਟਾਈਮ ਫਿਰ ਮੈਂ ਤੇ ਖੁਸ਼ੀ ਇਕੱਠੇ ਹੋਏ ਤੇ ਅਸੀਂ ਇੱਕ ਦੂਜੇ ਨੂੰ ਹੌਸਲਾ ਦਿੰਦੇ ਰਹੇ ਸਮੁੰਦਰ ਦੇ ਕੋਲ ਹੀ ਹਨਾ ਸਾਡੇ ਕੋਲ ਸਾਡੇ ਡਾਈਵਰ ਵੀ ਸੀਗੇ ਕਿ ਆਪਾਂ ਥੱਲੇ ਜ਼ਰੂਰ ਜਾਵਾਂਗੇ ਜਿਹੜੇ ਸ਼ੁਰੂ ਦੇ 10 ਮਿੰਟ ਸੀਗੇ ਤੇ ਅਸੀਂ ਪਾਣੀ ਦੀ ਸਤਾ ਦੇ ਉੱਪਰ ਹੀ ਫਿਰਦੇ ਰਹੇ ਕਿਉਂਕਿ ਅਸੀਂ ਆਪਣੇ ਆਪ ਨੂੰ ਰਿਲੈਕਸ ਨਹੀਂ ਕਰ ਰਹੇ ਸੀ ਤੇ ਇੱਕ ਦੂਸਰੇ ਨੂੰ ਪੁੱਛ ਰਹੇ ਸੀ ਵਾਰ ਵਾਰ ਆਵਾਜ਼ਾਂ ਮਾਰ ਕੇ ਕਿ ਤੂੰ ਸਹੀ ਹੈ ਤੂੰ ਸਹੀ ਹੈ ਥੋੜ੍ਹੇ ਜਿਹੇ ਟਾਈਮ ਨੂੰ ਥੋੜ੍ਹਾ ਜਿਹਾ ਟਾਈਮ ਰਿਲੈਕਸ ਰਹਿ ਚੱਲਦੇ ਹਾਂ ਇਹਦੇ ਵਿੱਚ ਨਾ ਇੱਕ ਦੋ ਵਾਰ ਇਹੋ ਜਿਹੀ ਮੂਮੈਂਟ ਸੀ ਕਿ ਉਹਨੇ ਮੈਨੂੰ ਪੁੱਠਾ ਕੀਤਾ ਪੁੱਠਾ ਕਰਕੇ ਥੱਲੋਂ ਸਮੁੰਦਰ ਦਿਖਾਇਆ ਅਤੇ ਮੇਰੀ ਨਿਗਾਹ ਘੱਟੋ ਘੱਟ 30-40 ਫੁੱਟ ਥੱਲੇ ਗਈ ਸਾਫ਼ ਪਾਣੀ ਹੋਣ ਦੇ ਕਾਰਨ ਅਤੇ ਮੈਂ ਇੱਕਦਮ ਫਿਰ ਘਬਰਾ ਗਿਆ ਅਤੇ ਫਿਰ ਰਿਲੈਕਸ ਹੋਇਆ ਥੋੜ੍ਹਾ ਉਹਨੇ ਸ਼ਾਂਤ ਹੋਣ ਲਈ ਕਿਹਾ ਅਤੇ ਫਾਈਨਲੀ ਮੈਂ ਮਨ ਬਣਾਇਆ ਕਿ ਥੱਲੇ ਅੱਜ ਜ਼ਰੂਰ ਜਾਣਾ ਜੇ ਅੱਜ ਮੌਕਾ ਮਿਲਿਆ ਤਾਂ ਹੇਠਾਂ ਇੱਕ ਵਾਰ ਤਾਂ ਜਾਣਾ ਹੀ ਜਾਣਾ ਮੈਂ ਲੰਬੇ ਲੰਬੇ ਸਾਹ ਭਰੇ ਅਤੇ ਰਿਲੈਕਸ ਹੋਇਆ ਅਤੇ ਹੇਠਾਂ ਜਾਣ ਦੀ ਤਿਆਰੀ ਕਰ ਲਈ ਇਸ ਤੋਂ ਬਾਅਦ ਉਹ ਰਿੱਪਨ ਨੂੰ ਹੇਠਾਂ ਵੱਲ ਲੈ ਗਏ ਅਤੇ ਮੈਂ ਰਿੱਪਨ ਨੂੰ ਉੱਪਰੋਂ ਵੇਖਦੀ ਰਹੀ ਪਰ ਮੈਂ ਬਹੁਤ ਨਰਵਸ ਹੋ ਗਈ ਸੀ ਕਿਉਂਕਿ ਮੈਂ ਇਕੱਲੀ ਰਹਿ ਗਈ ਸੀ ਜਿਉਂ ਜਿਉਂ ਮੈਂ ਹੇਠਾਂ ਜਾ ਰਿਹਾ ਸੀ ਇੱਕ ਨਾ ਬਾਡੀ 'ਤੇ ਪ੍ਰੈਸ਼ਰ ਵੱਧਦਾ ਜਾ ਰਿਹਾ ਸੀਗਾ ਕਿਉਂਕਿ ਸਮੁੰਦਰ ਦੇ ਪਾਣੀ ਦਾ ਦਬਾਅ ਸੀਗਾ ਪਹਿਲੀ ਵਾਰੀ ਮੈਨੂੰ ਸਮੁੰਦਰ ਦੀ ਤਾਕਤ ਦਾ ਅਹਿਸਾਸ ਹੋ ਰਿਹਾ ਸੀ ਕਿ ਸਮੁੰਦਰ ਕਿੰਨਾ ਤਾਕਤਵਰ ਹੁੰਦਾ ਮੈਨੂੰ ਐਂ ਲੱਗਦਾ ਸੀ ਜਿਵੇਂ ਕਿਸੇ ਨਾ ਬ੍ਰਹਿਮੰਡ 'ਚ ਪਹੁੰਚ ਗਿਆ ਹਾਂ ਜਿੱਥੇ ਨਾ ਹਵਾ ਸੀ ਨਾ ਕੋਈ ਆਵਾਜ਼ ਸੀ ਜਿਹੜੀਆਂ ਚੀਜ਼ਾਂ ਆਪਾਂ ਸਾਇੰਸ 'ਚ ਪੜ੍ਹਦੇ ਹਾਂ ਅਕਸਰ ਕਿ ਕੋਈ ਗਤੀ ਨਹੀਂ ਹੁੰਦੀ ਕੋਈ ਕੁਛ ਨਹੀਂ ਹੁੰਦਾ ਬਸ ਸੁੰਨ ਹੁੰਦੀ ਹੈ ਮੈਂ ਇਹ ਸੁੰਨ ਨੂੰ ਅੱਜ ਸਾਫ਼ ਮਹਿਸੂਸ ਕਰ ਰਿਹਾ ਸੀ ਅਤੇ ਨਾਲ ਦੀ ਨਾਲ ਮੇਰੇ ਮਨ 'ਚ ਚੱਲ ਰਿਹਾ ਸੀਗਾ ਕਿ ਖੁਸ਼ੀ ਪਤਾ ਨਹੀਂ ਕਿੱਥੇ ਆ ਉਹਨੇ ਆਉਣਾ ਜਾਂ ਨਹੀਂ ਅਤੇ ਇੱਕ ਗੱਲ ਹੋਰ ਸਮੁੰਦਰ 'ਚ ਨਾ ਵਿਜੀਬਿਲਟੀ ਦਾ ਬਹੁਤ ਫਰਕ ਹੁੰਦਾ ਚੀਜ਼ਾਂ ਤੁਹਾਨੂੰ ਨੇੜੇ ਦਿਖਦੀਆਂ ਪਰ ਐਕਚੁਅਲ 'ਚ ਉਹ ਬਹੁਤ ਜ਼ਿਆਦਾ ਦੂਰ ਹੁੰਦੀਆਂ ਅਸਲ 'ਚ ਮੈਨੂੰ ਨਾ ਬਹੁਤ ਜ਼ਿਆਦਾ ਡਰ ਲੱਗ ਰਿਹਾ ਸੀ ਪਰ ਮੈਂ ਇੱਕ ਬਸ ਚੁੱਪ ਸੀ ਕਿ ਮੈਂ ਅੱਜ ਥੱਲੇ ਜਾਣਾ ਅਤੇ ਦੇਖਣਾ ਅਤੇ ਜੋ ਕੁਛ ਮੈਂ ਦੇਖਿਆ ਹੁਣ ਉਹ ਤੁਹਾਡੇ ਸਾਹਮਣੇ ਹੈ ਜਿਵੇਂ ਪਾਣੀ ਤੋਂ ਬਾਹਰ ਇੱਕ ਦੁਨੀਆ ਵੱਸਦੀ ਹੈ ਨਾ ਉਵੇਂ ਸਮੁੰਦਰ ਦੇ ਹੇਠਾਂ ਵੀ ਇੱਕ ਦੁਨੀਆ ਵੱਸਦੀ ਹੈ ਅਤੇ ਇੱਥੇ ਸਾਰਾ ਕੁਛ ਇਕੱਲੀ ਇਕੱਲੀ ਜਿਹੜਾ ਜੀਵ ਜੰਤੂ ਪੱਥਰ ਇੱਥੇ ਸਾਹ ਲੈਂਦੇ ਨੇ ਜਿਉਂਦੇ ਆ ਅਤੇ ਮੈਨੂੰ ਵਾਰ ਵਾਰ ਗੁਰਬਾਣੀ ਦੇ ਵਾਕ ਯਾਦ ਆ ਰਹੇ ਸੀਗੇ ਜਿਹਦੇ ਵਿੱਚ ਲਿਖੇ ਬਲਿਹਾਰੀ ਕੁਦਰਤ ਵੱਸਿਆ ਤਿਰੰਤ ਨਾ ਜਾਈ ਲੱਖਿਆ ਜਿਵੇਂ ਉੱਪਰ ਆਪਣੀ ਦੁਨੀਆ ਨਾ ਹੇਠ ਇਹਨਾਂ ਦੀ ਇੱਕ ਆਪਣੀ ਦੁਨੀਆ ਇਹ ਆਪਣੇ ਕੋਲ ਆਉਣ ਤੋਂ ਡਰਦੇ ਆਪਾਂ ਇਹਨਾਂ ਕੋਲ ਜਾਣ ਸਮੁੰਦਰ ਦੇ ਹੇਠਾਂ ਨਾ ਮੈਂ ਵਾਰ ਵਾਰ ਪ੍ਰੋਬਲਮ ਫੇਸ ਕਰ ਰਿਹਾ ਸੀਗਾ ਕਿਉਂਕਿ ਪ੍ਰੈਸ਼ਰ ਥੱਲੇ ਬੋਡੀ 'ਤੇ ਇੰਨਾ ਜ਼ਿਆਦਾ ਵੱਧ ਗਿਆ ਸੀ ਕਿ ਮੇਰੇ ਕੰਨਾਂ 'ਚ ਜਾਂ ਹੋਰ ਪੇਨ ਹੋ ਰਿਹਾ ਸੀਗਾ ਅਤੇ ਇੰਸਟਰਕਟਰ ਵਾਰ ਵਾਰ ਮੈਨੂੰ ਸਾਹਮਣੇ ਆ ਕੇ ਰਿਲੈਕਸ ਕਰ ਰਿਹਾ ਸੀ ਦੂਸਰਾ ਮੈਨੂੰ ਇਸ ਗੱਲ ਦਾ ਫਿਕਰ ਸੀਗਾ ਕਿ ਖੁਸ਼ੀ ਕਾਸ਼ ਥੱਲੇ ਮੇਰੇ ਨਾਲ ਹੁੰਦੀ ਅਸੀਂ ਇਕੱਠੇ ਹੁੰਦੇ ਹੈ ਨਾ
पर मैं इन्हां नूं बोल के नहीं दस सकदा सी जां मैं उपर भी नहीं जा सकदा सी। तकरीबन 25 मिनट मैं पानी दे थले रहा ते असी 40 फुट तक समुंदर दे हेठां गए ते सारी टीम दा बहुत सारा मतलब धन्नवाद जिन्हां दे सरकाए पॉसीबल हो सकिया। शायद जे कोई होर टीम हुंदी मैं इनू अध विचाले छड्ड दिंदा ते बाकी तिन्ने इंस्ट्रक्टर जो मेरे नाल सीगे ते सने कैमरामैन सारिआं दा एक बार मैं ना सच्ची अज दिलों थैंक यू करदा जिथे तक मैं इत्थे थले जा सकिया। ये सारा कुछ उन्हों की बदौलत हो सके नहीं ये पॉसीबल नहीं होना सी। मैं तो बहुत पैनिक हो गई यार बहुत डूंगा सी जीत के नहीं आई मतलब तुझे पूरा नीचे दे के पहले मुड़े आई थी। चलो लो भी मैं आ रहा बाहर जेड़ा बंदा ज्यादा पैनिक हुंदा है ना ओ बंदा मतलब कुछ नहीं कर सकता थोड़ा जा पेशेंस रखनी पैंदी है ते फिर बंदा मतलब रिलैक्स होंदा। मैं भी शुरू शुरू च पैनिक होया सीगा एक दो मिनट ते तीन मिनट ते फिर हौली हौली मैनूं लगन लगा यार कुछ नहीं मैं थले देखना क्योंकि बंदे नूं ऐ हुंदा ना नक्क राही आपां नूं सांह लैण दी छड्डण दी आदत नहीं हैगी तां करके बंदे नूं ऐ हुंदा यार भी मैं पता नहीं कित्थे आ गया की होई जा रहा है ना। ਜਦੋਂ ਜਿੰਨਾ ਟਾਈਮ ਪਾਣੀ ਗੰਦਲਾ ਹੈਗਾ ਧੁੰਦਲਾ ਜਿਹਾ ਪਾਣੀ ਹੈ ਉਹਨਾਂ ਟਾਈਮ ਤੁਸੀਂ ਪੈਨਿਕ ਹੋਵੋਗੇ ਜਦੋਂ ਤੁਹਾਨੂੰ ਨੀਚੇ ਮਤਲਬ ਦਿਖਣ ਲੱਗ ਗਿਆ ਥੱਲੇ ਜਾ ਕੇ ਅਸਲ ਵਿਊ ਫਿਰ ਤੁਸੀਂ ਪੈਨਿਕ ਆਉਣ ਵੜ ਜਾਓਗੇ ਫਿਰ ਤੁਹਾਨੂੰ ਲੱਗੂ ਫਿਰ ਤੁਹਾਨੂੰ ਸਵਾਦ ਆਉਣ ਲੱਗ ਜਾਊਗਾ ਤੇ ਫਿਰ ਇਹ ਮੈਨੂੰ ਐਂਡ ਮੂਵਮੈਂਟ ਤੇ ਮੈਨੂੰ ਕਹਿ ਰਹੇ ਸੀ ਵੀ ਉੱਪਰ ਜਾਣਾ ਮੈਂ ਇਹਨਾਂ ਨੂੰ ਕਹਿ ਸੀ ਵੀ ਹੋਰ ਮੈਨੂੰ ਥੱਲੇ ਜੇ ਹੋਰ ਦਿਖਾਓ ਤੇ ਇਸ ਤਰ੍ਹਾਂ ਦਾ ਸੀਗਾ ਇੱਕ ਵੱਖਰੀ ਤਰ੍ਹਾਂ ਦਾ ਐਕਸਪੀਰੀਅੰਸ ਹੈ ਮੈਨੂੰ ਲੱਗਦਾ ਸਭ ਨੂੰ ਕਰਨਾ ਚਾਹੀਦਾ ਯਾਰ ਲਾਈਫ 'ਚ ਤੇ ਖੁਸ਼ੀ ਮਿਸ ਕਰ ਗਈ ਚਲੋ ਕੋਈ ਗੱਲ ਉੱਪਰ ਉੱਪਰ ਮੁੜੇ ਖੁਸ਼ੀ ਨੇ ਉੱਪਰ ਉੱਪਰ ਦੇਖ ਲਿਆ ਅਸਲ 'ਚ ਗੰਦਲਾ ਗੰਦਲਾ ਖੁਸ਼ੀ ਦੇਖ ਕੇ ਹੀ ਹੈ ਤੇ ਬਾਕੀ ਜਿਹੜਾ ਅਸਲ ਮੈਂ ਬਿਲਕੁਲ ਅਸਲ 'ਚ ਤੁਸੀਂ ਨੀਚੇ ਛੇਦੀ ਚਲੇ ਗਏ ਮੈਂ ਡਰ ਗਈ ਮੈਂ ਕਿਹਾ ਰਿਪਨ ਕਿੱਧਰ ਗਏ ਮੈਨੂੰ ਵੈਸੇ ਤੁਸੀਂ ਦਿਖ ਰਹੇ ਸੀ ਨੀਚੇ ਜਾਂਦੇ ਹੋਏ ਹਾਂ ਤੁਹਾਡੀਆਂ ਲੱਤਾਂ ਵੱਜਦੀਆਂ ਦਿਸ ਰਹੀਆਂ ਸੀ सबका बहुत बहुत शुक्रिया बहुत अच्छा रहा। अभी मैं अपने व्यूअर के साथ एक्सपीरियंस शेयर करता हूँ आगे इसके बाद। खुशी पता हूँ की करी जाते कहते मेरी पानी च कोई वीडियो नहीं आई। खुशी असल में कुड़िया पैनिक होंदिया होंदिया ओ कुड़ी भी पैनिक हुई ए कुड़ी भी पैनिक हुई मुंडे मुंडे सवाल लैके मैं दो तीन बार होए हैं मैं तुहाडे नाल अपना एक्सपीरियंस शेयर कर दें। स्पष्ट जी गल दसा तो डर सब नू लगता हों डर मैनू भी लग्या सी तुहानू सच्ची गल दसा पर एक ना पेशेंस रखनी पैंदी है ते जेड़ा मेरा मतलब डाइवर सीगा बहुत वधिया सी जेड़ा मेरे नाल गया सीगा ते खुशी दे नाल गई सी जेड़ी सी अनीता कुड़ी ते खुशी ने दो तीन बार खुशी नीचे ले गई खुशी पर कंफर्ट नहीं हुई है ना तुहानू पानी नाल फ्रेंडली होना पैंदा गा ते फिर तुसी ओह करदे हो जिन्ना टाइम ना जिवें मैं तुहानू पहला दस्सिया धुंधला धुंधला तुहानू दिखदा रहूं
ਜਦੋਂ ਖੁਸ਼ੀ ਨੇ ਨਾ ਖੁਸ਼ੀ ਥੱਲੇ ਗਈ ਤੇ ਥੱਲੇ ਕੀ ਹੁੰਦਾ ਇੱਕ ਰੱਸੀ ਬੰਨੀ ਹੁੰਦੀ ਹੈ ਜਿਹਦੇ ਨਾਲ ਉਹ ਬੋਟ ਬੰਨੀ ਹੁੰਦੀ ਹੈ ਉਹਨਾਂ ਦੀ ਤੇ ਥੱਲੇ ਮਤਲਬ ਉਹ ਸਿੱਟੀ ਹੁੰਦੀ ਉਹ ਰੱਸੀ ਦੇ ਨਾਲ ਨਾਲ ਉਹ ਥੱਲੇ ਲੈ ਕੇ ਜਾਂਦੇ ਆ ਜਦੋਂ ਪਹਿਲੀ ਵਾਰੀ ਮੈਂ ਸਮੁੰਦਰ ਥੱਲੇ ਦੇਖਿਆ ਨਾ ਮੈਨੂੰ ਥੱਲੇ ਦੂਰ ਤੱਕ ਦਿਖ ਗਿਆ ਸੀਗਾ ਤੇ ਫਿਰ ਉਹਦੇ ਨਾਲ ਕੀ ਹੋਇਆ ਜਦੋਂ ਤੁਸੀਂ ਇੱਕਦਮ ਥੱਲੇ ਦੇਖਦੇ ਹੋ 30-40 ਫੁੱਟ ਤੇ ਬੰਦੇ ਨੂੰ ਡਰ ਲੱਗਦਾ ਬੰਦੇ ਨੂੰ ਲੱਗਦਾ ਵੀ ਪਤਾ ਨਹੀਂ ਮੈਂ ਕਿੱਥੇ ਆ ਗਿਆ ਉਸ ਤੋਂ ਬਾਅਦ ਕੀ ਹੋਇਆ ਸੀਗਾ ਉਸ ਤੋਂ ਬਾਅਦ ਇਹ ਹੋਇਆ ਜਦੋਂ ਉਹਨੇ ਮੈਨੂੰ ਹੌਲੀ ਕਿਤੇ ਨੇ ਉੱਪਰ ਲੈ ਕੇ ਆਇਆ ਦੁਬਾਰਾ ਮੈਨੂੰ ਰਿਲੈਕਸ ਕੀਤਾ ਕਿ ਕੋਈ ਗੱਲ ਨਹੀਂ ਤੂੰ ਡਰ ਨਾ ਪੈਨਿਕ ਨਾ ਹੋ ਕਿਉਂਕਿ ਇਹਨਾਂ ਦਾ ਰੋਜ਼ ਦਾ ਕੰਮ ਹੈ ਇਹਨਾਂ ਨੂੰ ਪਤਾ ਹੀ ਹੁੰਦਾ ਹੋਰ ਹੋਣਾ ਕੁਛ ਨਹੀਂ ਹੁੰਦਾ ਤੁਹਾਡੇ ਨਾਲ ਡਾਈਵਰ ਹੁੰਦਾ ਤੁਹਾਡੇ ਲਾਈਫ ਜੈਕਟ ਹੁੰਦੀ ਹੈ ਡੁੱਬਣਾ ਤੁਸੀਂ ਹੈ ਨਹੀਂ ਕਿਧਰੇ ਨਹੀਂ ਤੁਸੀਂ ਮਤਲਬ ਆਪਣੀ ਜਾਨ ਨਿਕਲਦੀ ਹੈ ਨਾ ਸਿੱਧਾ ਪੰਜਾਬੀ 'ਚ ਬਸ ਗੱਲ ਇਹ ਹੁੰਦੀ ਹੈ ਵੀ ਆਪਾਂ ਪੈਨਿਕ ਹੋ ਜਾਂਦੇ ਹਾਂ ਅਤੇ ਉਹ ਇਹ ਹੌਲੀ ਹੌਲੀ ਰਿਲੈਕਸ ਕਰਦੇ ਬੰਦੇ ਨੂੰ ਅਗਲਾ ਸਟੈਪ ਕੀ ਹੁੰਦਾ ਰੱਸੀ ਦੇ ਨਾਲ ਤੁਹਾਨੂੰ 30-40 ਫੁੱਟ ਤੱਕ ਥੱਲੇ ਤੱਕ ਲੈ ਕੇ ਜਾਂਦੇ ਆ ਉਹ ਅਤੇ ਮੈਨੂੰ ਲੱਗਦਾ ਲੈ ਕੇ ਆਏ ਉਹ 40 ਫੁੱਟ ਤੱਕ ਮੈਨੂੰ 4 ਵਾਰ ਤੁਹਾਨੂੰ ਪਤਾ ਵਾਰ ਵਾਰ ਲੈ ਕੇ ਗਏ ਆ ਪਹਿਲਾਂ ਮੈਨੂੰ ਇੱਕ ਵਾਰ ਲੈ ਕੇ ਗਏ ਮੈਂ ਉਹਨੂੰ ਕਿਹਾ ਵੀ ਮੈਂ ਦੇਖ ਲਿਆ ਵੀ ਹੁਣ ਮੈਨੂੰ ਉੱਪਰ ਲੈ ਜਾ ਅਤੇ ਉਹਨੇ ਫਿਰ ਮੈਨੂੰ ਉੱਪਰ ਲੈ ਕੇ ਆਇਆ ਫਿਰ ਮੈਨੂੰ ਰਿਲੈਕਸ ਕਰਾਇਆ ਮਤਲਬ ਪਾਣੀ ਤੋਂ ਬਾਹਰ ਨਹੀਂ ਕੱਢਦੇ ਤੁਹਾਨੂੰ ਰੱਖਦੇ ਪਾਣੀ ਦੇ ਥੱਲੇ ਹੈ ਪਰ ਤੁਹਾਨੂੰ ਪਾਣੀ ਦੀ ਉੱਪਰਲੀ ਤਹਿ ਜਿਵੇਂ ਤੁਸੀਂ ਮੱਛੀ ਹੁੰਦੇ ਹੋ ਨਾ ਅਤੇ ਤੁਹਾਨੂੰ ਉੱਪਰਲੇ ਪਾਸੇ ਸੂਰਜ ਦਿਖਦਾ ਹੇਠਲੇ ਪਾਸੇ ਪਾਣੀ ਉੱਪਰ ਚਮਕਦਾ ਦੀਨ ਹੈਗਾ ਤੁਹਾਨੂੰ ਪਤਾ ਲੱਗਦਾ ਵੀ ਉਹ ਕਿਸ਼ਤੀ ਖੜੀ ਹੈ ਆਹ ਹੈ ਨਾ ਇਹ ਇੱਕ ਡਰ ਹੀ ਹੁੰਦਾ ਅਤੇ ਫਿਰ ਮੈਨੂੰ ਐਂ ਲੱਗਣ ਲੱਗ ਜਾ ਕਰੇ ਵੀ ਹੁਣ ਮੈਂ ਕੁਛ ਨਹੀਂ ਹੁੰਦਾ ਹੁਣ ਮੈਨੂੰ ਵੀ ਆਹ ਸੀ ਮੈਂ ਪਾਣੀ 20 ਮਿੰਟ 'ਚ ਕਿਸ਼ਤੀ 'ਚ ਜਾ ਸਕਦਾ ਹੈ ਨਾ ਅਤੇ ਫਿਰ ਮੈਨੂੰ ਫਿਰ ਥੱਲੇ ਲੈ ਜਾ ਕਰੇ ਅਤੇ 4 ਵਾਰ ਥੱਲੇ ਲੈ ਕੇ ਗਿਆ ਅਤੇ ਬਹੁਤ ਘੈਂਟ ਨਜ਼ਾਰਾ ਸੀ ਇੱਕ ਯੂਟਿਊਬਰ ਹੋਣ ਦਾ ਨੁਕਸਾਨ ਵੀ ਹੋ ਜਾਂਦਾ ਉਹਨਾਂ ਨੂੰ ਪਤਾ ਸੀ ਵੀ ਇਹ ਯੂਟਿਊਬਰ ਨੇ ਅਤੇ ਉਹਨਾਂ ਨੇ ਕੀ ਕੀਤਾ ਸਾਡੇ ਤੋਂ ਮੇਰੇ ਤੋਂ ਇੰਨੇ ਪੋਜ ਕਰਾਏ ਆ ਇੰਨੇ ਪੋਜ ਕਰਾਏ ਰਹੇ ਰੱਬ ਦਾ ਨਾ ਉਹ ਮੈਨੂੰ ਡਰ ਲੱਗੀ ਜਾਵੇ ਅਤੇ ਮੈਨੂੰ ਕਹਿੰਦਾ ਕਰ ਐਂ ਕਰ ਐਂ ਕਰ ਅਤੇ ਆਹ ਗੋਪਰੋ ਵੀ ਲੈ ਕੇ ਗਿਆ ਸੀ ਮੈਂ ਆਪਣਾ ਕੁਛ ਇਹਦੇ ਵਿੱਚ ਮੇਰੇ ਗੋਪਰੋ 'ਚ ਫੋਟੋ ਖੁਸ਼ੀ ਦੀ ਕੋਈ ਫੋਟੋ ਨਹੀਂ ਆਈ ਸੋ ਤੁਸੀਂ ਵੀ ਜਦੋਂ ਆਪਣੀ ਫੈਮਿਲੀ ਨਾਲ ਆਉਂਗੇ ਥੋੜ੍ਹਾ ਪ੍ਰਪੇਅਰ ਕਰਵਾ ਕੇ ਲਿਆਇਓ ਡਰਨਾ ਨਹੀਂ ਹੈਗਾ ਵੈਸੇ ਖੁਸ਼ੀ ਕੋਰਲ ਦੇਖ ਕੇ ਆਈ ਹੈ ਕੋਈ ਏਦਾਂ ਨੀ ਪਰ ਫਿਸ਼ਿਜ਼ ਨਹੀਂ ਦੇਖੀਆਂ ਜਿਹੜੀਆਂ ਫਿਸ਼ਿਜ਼ ਮੈਂ ਦੇਖ ਕੇ ਆਇਆ ਨਾ ਕਿਉਂਕਿ ਉਹ ਡੀਪ ਸੀ 'ਚ ਰਹਿੰਦੀਆਂ ਉਹ ਖੁਸ਼ੀ ਨਹੀਂ ਦੇਖ ਪਾਈ ਲੈ ਬਈ ਗੱਲਾਂ ਕਰਦੇ ਕਰਦੇ ਆਪਣੇ ਇਹ ਆ ਗਈ ਬੀਚ ਇੱਥੇ ਆਪਣੇ ਪਏ ਆ ਕੱਪੜੇ ਕੁੱਪੜੇ ਅਤੇ ਆਪਾਂ ਆਏ ਸੀਗੇ ਇੱਧਰਲੇ ਪਾਸਿਓ ਉਹ ਖੜ੍ਹੀ ਆਪਣੀ ਕਿਸ਼ਤੀ ਇੰਨੀ ਦੂਰ ਤੱਕ ਕਿਸ਼ਤੀਆਂ ਖੜ੍ਹ ਜਾਂਦੀਆਂ ਕਿਉਂਕਿ ਨਾ ਸ਼ੈਲੋ ਵਾਟਰ ਹੈ ਇਹ ਸਾਰਾ ਅਤੇ ਥੱਲੇ ਮਤਲਬ ਇਹਦੇ ਸੈਂਡ ਹੁੰਦੀ ਹੈਗੀ ਕਿਸ਼ਤੀ ਖੁੱਭਣ ਦਾ ਡਰ ਹੁੰਦਾ ਉਹ ਬਹੁਤ ਦੂਰ ਤੱਕ ਹੁਣ ਮੈਨੂੰ ਇੱਥੋਂ ਕਿਸ਼ਤੀ ਇੱਕ ਖੜ੍ਹੀ ਦਿਖ ਰਹੀ ਹੈ ਜਿੱਥੇ ਕਰਾ ਰਹੇ ਆ ਉਹ ਇੰਨੀ ਦੂਰ ਲੈ ਕੇ ਜਾਂਦੇ ਹੁੰਦੇ ਆ ਅਸੀਂ ਆਪਣਾ ਅੱਜ ਦਾ ਵਲੌਗ ਅਤੇ ਆਪਣਾ ਅੰਡੇਮਾਨ ਦੀ ਜੀ ਨਿਕੋਬਾਰ ਦੀ ਜਿਹੜੀ ਸੀਰੀਜ਼ ਚੱਲ ਰਹੀ ਹੈ ਇਹ ਹਜੇ ਚੱਲਦੀ ਰਹੂਗੀ ਵਲੌਗਸ ਤੁਹਾਡੇ ਕੋਲ ਆਉਂਦੇ ਰਹਿਣਗੇ ਸੋਹਣੇ ਸੋਹਣੇ ਜਿਸ ਤਰ੍ਹਾਂ ਤੁਹਾਨੂੰ ਡਿਫਰੈਂਟ ਐਕਸਪੀਰੀਅੰਸ ਡਿਫਰੈਂਟ ਤਰ੍ਹਾਂ ਦੇ ਵਲੌਗ ਹੈ ਨਾ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰਦੇ ਵੈਸੇ ਸਾਡਾ ਵੀ ਇਹ ਡਿਫਰੈਂਟ ਐਕਸਪੀਰੀਅੰਸ ਹੈ ਸਾਨੂੰ ਆਪ ਨੂੰ ਵੀ ਟਰੈਵਲਿੰਗ ਦੇ ਨਾਲ ਨਾਲ ਲੱਗਦਾ ਕਿ ਕੁਛ ਵੱਖਰਾ ਕਰੀਏ ਹੈ ਨਾ ਉਵੇਂ ਤੁਹਾਨੂੰ ਦਿਖ ਮਤਲਬ ਵਲੌਗ ਵੀ ਬਣਾ ਬਣਾ ਤੁਹਾਡੇ ਤੱਕ ਪਹੁੰਚਾਉਂਦੇ ਰਹਾਂਗੇ ਦੇਖਦੇ ਰਹੋ ਮਿਲਦੇ ਹਾਂ ਆਪਾਂ ਨਵੇਂ ਵਲੌਗਸ ਨਵੇਂ ਵੀਡੀਓ ਦੇ ਨਾਲ ਫਿਰ ਅੰਡੇਮਾਨ ਨਿਕੋਬਾਰ ਤੋਂ ਗੁੱਡ ਬਾਏ ਜਿਨ੍ਹਾਂ ਦੇ ਥਰੂ ਅਸੀਂ ਇਹ ਸਕੂਬਾ ਡਾਈਵਿੰਗ ਕੀਤੀ ਹੈ ਉਹਨਾਂ ਦਾ ਐਡਰੈਸ ਇਹ ਹੈ ਸਕੂਬਾ ਨੋਟਿਨ ਅਤੇ ਗੋਪਰੋ ਵਗੈਰਾ ਦੀ ਫੈਸਿਲਿਟੀ ਇਹ ਫ੍ਰੀ ਆਫ ਕੋਸਟ ਦੇ ਦਿੰਦੀ ਹੈ ਤੁਹਾਡੀਆਂ ਸਾਰੀਆਂ ਵੀਡੀਓਜ਼ ਇਹ ਆਪਣੇ ਆਪ ਬਣਾ ਕੇ ਦਿੰਦੇ ਹੈ ਸਕੂਬਾ ਡਾਈਵਿੰਗ 'ਚ ਇੱਥੇ ਤੁਹਾਨੂੰ ਮਿਲਣਗੇ ਮਿਸਟਰ ਰਾਹੁਲ ਅਤੇ ਇਹੀ ਸਾਡਾ ਵੈਲਕਮ ਕਰਨ ਆਏ ਸੀ ਜਿਸ ਦਿਨ ਅਸੀਂ ਪਹੁੰਚੇ ਸੀਗੇ ਅਤੇ ਇਹਨਾਂ ਨਾਲ ਸਕੂਬਾ ਡਾਈਵ ਤੁਸੀਂ ਵੀ ਟਰਾਈ ਕਰਿਓ ਆਈ ਥਿੰਕ ਬਹੁਤ ਮਜ਼ਾ ਆਊਗਾ ਤੁਹਾਨੂੰ ਥੈਂਕ ਯੂ ਸੋ ਮੱਚ ਫਾਰ ਸੁਪਰ ਡਾਈਵ ਥੈਂਕ ਯੂ ਮਾਈ ਪਲੇਜ਼